You are watching Channel Y. Channel Y, a South Asian Canadian channel. दुनिया च इंसानियत सारे धर्मां तों उपर है ते एही सब तों वड्डा रिश्ता है। एही साबित कीता है पंजाब दीआं दो सिख ते मुस्लिम औरतां ने। मलेरकोटला स्थित जमालपुर ते फतेहगढ़ साहब दे पिंड ड्रेन दे दो परिवारां दीआं ए औरतां दूजिआं लई प्रेरणा स्रोत बन गईआं ने। सिख औरत ने अपनी किडनी दे के मुस्लिम पुरुष की जान बचाई तां मुस्लिम औरत ने अपनी किडनी दान करके सिख पुरुष नूं जीवन दान दिता है। चंडीगढ़ रोड से स्थित अकाई हस्पताल च इन्हां दोहां परिवारां दे मरीजां दी स्वैप किडनी ट्रांसप्लांट सर्जरी की गई। सिख ते मुसलमान धर्मां दे वख-वख परिवारां ने आपस च किडनी ट्रांसप्लांट करके वड्डा पुन कीता। दोहां परिवारां दे डोनरां दे ब्लड ग्रुप नहीं मिल रहे सन, जिस तों बाद दोहां परिवारां ने आपस विच किडनी ट्रांसप्लांट कीती ते दोवें ही ऑपरेशन सफल रहे। इस मौके दोहां परिवारां ने कहा कि धर्म भावें ही वखरा होवे पर मनुखता दा धर्म इक ही हुंदा है ते हर इंसान नूं दूजे इंसान की मदद करन दी लोड़ है। ਭੇਦਭਾਵ ਕਰਦੇ ਨੇ ਜਿਹਦੀ ਜਾਨ ਨੂੰ ਬਣੀ ਹੁੰਦੀ ਆ, ਫਿਰ ਇੱਦਾਂ ਕਿਸੇ ਨਾਲ ਕਰਨਾ ਪੈਂਦਾ, ਫਿਰ ਪਤਾ ਲੱਗਦਾ। ਸਰ ਮੇਰਾ ਆਊਟਪੁੱਟ, ਯੂਰਿਨ ਆਊਟਪੁੱਟ ਬੰਦ ਹੋ ਗਿਆ ਸੀਗਾ ਬਿਲਕੁਲ ਹੀ, ਖੂਨ ਘਟਣਾ ਸ਼ੁਰੂ ਹੋ ਗਿਆ ਸੀਗਾ। ਫਿਰ ਡਾਕਟਰ ਆਪਣੇ, ਫਿਰ ਡਾਇਲਸਿਸ ਹੁੰਦਾ ਰਿਹਾ 2-2.5 ਸਾਲ, ਅਤੇ ਫਿਰ ਸਰ ਕੋਲ ਆਏ, ਸਰ ਨੇ ਆਪਰੇਸ਼ਨ ਕੀਤਾ, ਹੁਣ ਬਿਲਕੁਲ ਸਹੀ ਹੈ ਜੀ। ਹਾਂਜੀ ਸਰ, ਦੱਸਿਆ ਸੀਗਾ ਬੀਪੀ ਸੀਗਾ ਮੈਨੂੰ, ਉਹਨਾਂ ਨੇ ਦੱਸਿਆ ਵੀ ਬੀਪੀ ਦਾ ਤੁਸੀਂ ਧਿਆਨ ਰੱਖਣਾ ਸੀ। ਸ਼ਕੀਲਾ ਹੈ ਜੀ ਮੇਰਾ ਨਾਮ, ਮਲੇਰਕੋਟਲੇ ਦੇ। ਹਾਂਜੀ, ਮੇਰੀ 45 ਸਾਲ ਉਮਰ ਹੈ ਜੀ। ਹਾਂਜੀ, ਮੈਂ ਜੀ ਮਨਵੀਰ ਨੂੰ ਦਿੱਤੀ ਹੈ, ਆਪਣੇ ਭਰਾ ਦੇ ਬਦਲ ਮਨਵੀਰ ਨੂੰ ਦਿੱਤੀ ਹੈ। ਮੇਰੇ ਭਰਾ ਨੇ ਸ਼ਕੀਲ ਅਹਿਮਦ, ਉਹਨਾਂ ਨੇ ਜੀ ਉਹ ਜਦ 2015 'ਚ ਉਹਨਾਂ ਦਾ ਆਪਰੇਸ਼ਨ ਕਰਾਇਆ ਸੀ ਦਰਾਹੇ, ਉਹਨਾਂ ਨੇ ਸੁਲਝਣ ਦੇ ਵਿੱਚ ਉਹਨਾਂ ਦਾ ਆਪਰੇਸ਼ਨ ਕਰਤਾ ਸੀ। ਉਸ ਤੋਂ ਬਾਅਦ ਸਾਨੂੰ ਜੀ ਪਤਾ ਲੱਗਿਆ ਵੀ ਸਾਡੇ ਭਰਾ ਰੋਜ਼ ਬਿਮਾਰ, ਫਿਰ ਇਹਨਾਂ ਦੀ ਡਾਇਲਸਿਸ ਹੋਣ ਲੱਗ ਗਈ, ਅਤੇ ਫਿਰ ਇਹ ਬਸ ਅੰਦਰ ਬੈਠ ਬੈਠ ਕੇ ਰੋਂਦੇ ਹੁੰਦੇ ਸੀਗੇ। ਤੁਹਾਨੂੰ ਫਿਰ ਐਂ ਪਤਾ ਲੱਗਿਆ ਵੀ ਕੀ ਗੱਲ, ਕਹਿੰਦੇ ਨੇ ਵੀ ਤੁਸੀਂ ਟ੍ਰਾਂਸਪਲਾਂਟ ਕਰਾ ਲਓ। ਸਾਨੂੰ ਹਾਲਾਂਕਿ ਡਾਕਟਰ ਦਾ ਹਿਸਾਬ ਦਾ ਪਤਾ ਲੱਗਿਆ ਵੀ ਬਹੁਤ ਵਧੀਆ ਡਾਕਟਰ ਨੇ, ਤੁਸੀਂ ਉਹਨਾਂ ਨੂੰ ਮਿਲੋ। ਅਸੀਂ ਜੀ ਇੱਥੇ ਆਏ, ਸਾਨੂੰ ਬਹੁਤ ਖੁਸ਼ੀ ਦੀ ਗੱਲ ਹੈ, ਅਤੇ ਮੇਰੇ ਭਰਾ ਬਿਲਕੁਲ ਐਨ ਠੀਕ ਹੋ ਗਏ। ਦੂਜੇ ਪਾਸੇ ਆਪਰੇਸ਼ਨ ਕਰਨ ਵਾਲੇ ਹਸਪਤਾਲ ਦੇ ਚੀਫ ਯੂਰੋਲੋਜਿਸਟ ਅਤੇ ਮਸ਼ਹੂਰ ਕਿਡਨੀ ਟ੍ਰਾਂਸਪਲਾਂਟ ਸਰਜਨ ਡਾਕਟਰ ਬਲਦੇਵ ਸਿੰਘ ਔਲਖ ਦਾ ਕਹਿਣਾ ਹੈ ਕਿ ਅੱਜ ਦੇ ਦੌਰ 'ਚ ਇਹੋ ਜਿਹੇ ਲੋਕਾਂ ਦੀ ਲੋੜ ਹੈ ਜੋ ਮਨੁੱਖਤਾ ਦੀ ਸੇਵਾ ਕਰਦੇ ਹੋਏ ਲੋਕਾਂ ਦੀ ਜਾਨ ਬਚਾ ਸਕਣ, ਅਤੇ ਇਸ ਗੱਲ ਦਾ ਉਹਨਾਂ ਨੂੰ ਮਾਣ ਹੈ ਕਿ ਇਸ ਸ਼ਲਾਘਾਯੋਗ ਕੰਮ 'ਚ ਉਹ ਵੀ ਹਿੱਸੇਦਾਰ ਨੇ। ਅੱਜ ਦਾ ਇਹ ਇਤਿਹਾਸਿਕ ਦਿਨ ਹੈ ਜਦੋਂ ਕਿ ਦੋ ਧਰਮਾਂ ਦੇ ਪਰਿਵਾਰ ਜਿਨ੍ਹਾਂ ਨੂੰ ਕਿਡਨੀ ਦੀ ਜ਼ਰੂਰਤ ਸੀ ਲੇਕਿਨ ਉਹਨਾਂ ਦੇ ਆਪਣੇ ਪਰਿਵਾਰ ਦੇ ਵਿੱਚ ਕਿਡਨੀ ਮਿਲ ਨਹੀਂ ਰਹੀ ਸੀ, ਉਹਨਾਂ ਦਾ ਬਲੱਡ ਗਰੁੱਪ ਨਹੀਂ ਮੈਚ ਕਰ ਰਿਹਾ ਸੀ, ਡੋਨਰ ਸੀਗੇ, ਉਹ ਦੋ ਪਰਿਵਾਰ ਇੱਕ ਸਿੱਖ ਧਰਮ ਨੂੰ ਇੱਕ ਮੁਸਲਿਮ ਧਰਮ ਨੂੰ ਬਿਲੋਂਗ ਕਰਦਾ, ਉਹਨਾਂ ਰਿਸਪੈਕਟਡ ਪਰਿਵਾਰਾਂ ਨੇ ਆਪਸ ਵਿੱਚ ਦੀ ਆਪਣੇ ਗੁਰਦੇ ਐਕਸਚੇਂਜ ਕੀਤੇ, ਆਪਣੀ ਕਿਡਨੀ ਐਕਸਚੇਂਜ ਕੀਤੀ ਅਤੇ ਕਿਡਨੀ ਟ੍ਰਾਂਸਪਲਾਂਟ ਕਰਵਾਇਆ। ਇਹ ਦੁਨੀਆ ਦੇ ਵਿੱਚ ਇੱਕ ਅਜਿਹੀ ਐਗਜ਼ਾਮਪਲ ਹੈ ਜਿਹੜੀ ਇਸ ਗੱਲ ਦਾ ਪ੍ਰਤੀਕ ਹੈ ਕਿ ਸਾਡਾ ਜਿਹੜਾ ਧਰਮ ਹੈ ਉਹ ਇਨਸਾਨੀਅਤ ਹੈ, ਅਸੀਂ ਸਾਰੇ ਭੈਣ ਭਰਾ ਇੱਕ ਹੈ, ਪਰਮਾਤਮਾ ਨੇ ਇੱਕ ਬਣਾਏ ਹੈ। ਇਸ ਦੇ ਨਾਲ ਦੁਨੀਆ ਭਰ ਦੇ ਵਿੱਚ ਜਿਹੜੀ ਏਕਤਾ ਅਖੰਡਤਾ ਪੈਦਾ ਹੁੰਦੀ ਹੈ, ਭਰਪਾ ਭਾਈਚਾਰਾ ਵੱਧਦਾ, ਅਤੇ ਸਭ ਤੋਂ ਵੱਡੀ ਗੱਲ ਹੈ ਵੀ ਜਿਨ੍ਹਾਂ ਲੋਕਾਂ ਦੇ ਗੁਰਦੇ ਖਰਾਬ ਹੁੰਦੇ ਆ ਉਹਨਾਂ ਨੂੰ ਅੰਗ ਮਿਲਦੀ ਇੱਕ ਆਸ ਹੋ ਜਾਂਦੀ ਹੈ ਜਦੋਂ ਕਿ ਉਹਨਾਂ ਦੇ ਘਰ ਦੇ ਵਿੱਚ ਕੋਈ ਬਲੱਡ ਗਰੁੱਪ ਮੈਚਿੰਗ ਡੋਨਰ ਹੈ ਨਹੀਂ ਹੈ। ਚਾਹੇ ਅਸੀਂ ਬਲੱਡ ਗਰੁੱਪ ਚੇਂਜ ਕਰਕੇ ABO ਇਨਕੰਪੈਟੀਬਲ ਵੀ ਟ੍ਰਾਂਸਪਲਾਂਟ ਕਰਦੇ ਹਾਂ, ਪਰ ਜਿਹੜਾ ਐਕਸਚੇਂਜ ਕਰਕੇ ਟ੍ਰਾਂਸਪਲਾਂਟ ਹੋਣਾ ਉਹਦੇ ਰਿਜ਼ਲਟ ਜ਼ਿਆਦਾ ਅੱਛੇ ਹੈ, ਉਹ ਸਸਤਾ ਹੈਗਾ, ਅਤੇ ਇਹਦੇ ਵਿੱਚ 2-3-4-5-6 ਪਰਿਵਾਰਾਂ ਦੀ ਵੀ ਮਦਦ ਹੋ ਸਕਦੀ ਹੈ। ਇਹ ਇੱਕ ਚੇਨ ਬਣ ਜਾਂਦੀ ਹੈ, ਇੱਕ ਲੜੀ ਬਣ ਜਾਂਦੀ ਹੈ ਜਿਹਨੂੰ ਐਕਸਚੇਂਜ ਪ੍ਰੋਗਰਾਮ ਕਿਹਾ ਜਾਂਦਾ ਹੈਗਾ। ਅੱਜ ਦਾ ਦਿਹਾੜਾ ਇਹ ਦੁਨੀਆ ਦੇ ਵਿੱਚ ਸ਼ੇਅਰ ਕਰਨ ਵਾਲਾ ਹੈ, ਦੱਸਣ ਵਾਲਾ ਹੈ ਕਿ ਅਸੀਂ ਇਨਸਾਨੀਅਤ ਦੀ ਕਿਸ ਤਰ੍ਹਾਂ ਮਦਦ ਕਰ ਸਕਦੇ ਹਾਂ। ਇਸ ਮੌਕੇ 'ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਲੁਧਿਆਣਾ ਦੀ ਜਾਮਾ ਮਸਜਿਦ ਦੇ ਇਮਾਮ ਵੱਲੋਂ ਵੀ ਪਹੁੰਚ ਕੇ ਇਸ ਉਪਰਾਲੇ ਦੀ ਖਾਸ ਤੌਰ 'ਤੇ ਸ਼ਲਾਘਾ ਕੀਤੀ ਗਈ, ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਅੱਜ ਦੇ ਦੌਰ 'ਚ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ। ਕਿ ਅਕਾਈ ਹੋਸਪਿਟਲ ਦੇ ਵਿੱਚ ਡਾਕਟਰ ਬਲਦੇਵ ਸਿੰਘ ਜੀ ਔਲਖ ਬੜੇ ਰਿਸਪੈਕਟਡ ਡਾਕਟਰਸ ਨੇ, ਬੜੇ ਐਕਸਪਰਟ ਨੇ ਆਪਣੇ ਕੰਮ ਦੇ, ਅਤੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਹੀ, ਦੇਖ ਰੇਖ ਦੇ ਵਿੱਚ ਹੀ ਅਲੱਗ ਅਲੱਗ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਵੱਲੋਂ ਇੱਕ ਦੂਸਰੇ ਨਾਲ ਅੰਗਾਂ ਦਾ ਜਿਹੜਾ ਆਦਾਨ ਪ੍ਰਦਾਨ ਕੀਤਾ, ਅਤੇ ਮੈਂ ਸਮਝਦਾ ਬੜੀ ਖੁਸ਼ੀ ਵਾਲੀ ਗੱਲ ਹੈ। ਸਮਾਜਿਕ ਭਾਈਚਾਰਾ ਜਿਹੜਾ ਇਹਦੇ ਨਾਲ ਮਜ਼ਬੂਤ ਹੁੰਦਾ, ਆਪਸੀ ਪ੍ਰੇਮ ਪਿਆਰ ਭਰਾਤਰੀ ਭਾਵ ਵੱਧ ਹੈ, ਔਰ ਇਹਦੀ ਅੱਜ ਹਿੰਦੁਸਤਾਨ ਨੂੰ ਬਹੁਤ ਵੱਡੀ ਲੋੜ ਹੈ, ਪੂਰੀ ਦੁਨੀਆ ਨੂੰ ਲੋੜ ਹੈ, ਸੰਸਾਰ ਨੂੰ ਲੋੜ ਹੈ, ਕਿਉਂਕਿ ਸੰਸਾਰ ਦੇ ਵਿੱਚ ਹੀ ਭਾਈਚਾਰਿਆਂ ਦੇ ਦਰਮਿਆਨ ਨਫ਼ਰਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ, ਪੈਦਾ ਹੋ ਰਿਹਾ, ਉਸ ਮਾਹੌਲ ਨੂੰ ਖੁਸ਼ਗਵਾਰ ਬਣਾਉਣ ਵਾਲੇ ਬਹੁਤ ਘੱਟ ਹੈ, ਅਤੇ ਉਹਨਾਂ ਘੱਟਾਂ ਦੇ ਵਿੱਚੋਂ ਹੀ ਡਾਕਟਰ ਬਲਦੇਵ ਸਿੰਘ ਜੀ ਔਲਖ ਨੇ ਅੱਜ ਇੱਕ ਬੜਾ ਵਧੀਆ ਕਾਰਜ ਕੀਤਾ,
ਇੰਪੋਰਟੈਂਟ ਹੈ ਕਿ ਅਲੱਗ ਅਲੱਗ ਧਰਮਾਂ ਨੂੰ ਮੰਨਣ ਵਾਲਿਆਂ ਦੇ ਜਿਹੜੇ ਨੇ ਔਰਗਨ ਜਿਹੜੇ ਨੇ ਉਹ ਆਪਸ ਦੇ ਵਿੱਚ ਆਦਾਨ ਪ੍ਰਦਾਨ ਕੀਤੇ ਨੇ। ਅੱਜ ਲੁਧਿਆਣਾ ਦੇ ਅਕਾਈ ਹਸਪੀਟਲ 'ਚ ਡਾਕਟਰ ਬਲਦੇਵ ਸਿੰਘ ਔਲਖ ਹੋਲਾ ਵੱਲੋਂ ਜਿਹੜਾ ਕਿ ਦੋ ਅਲੱਗ ਅਲੱਗ ਧਰਮਾਂ ਦੇ ਜਿਹ 'ਚ ਮੁਸਲਮਾਨ ਔਰ ਸਿੱਖ ਪਰਿਵਾਰ ਜਿਹੜੇ ਸ਼ਾਮਿਲ ਨੇ ਉਹਨਾਂ ਦੇ ਅੰਗ ਦਾਨ ਦੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਅੱਜ ਉਹ ਸਿਹਤਮੰਦ ਮਰੀਜ਼ਾਂ ਦਾ ਸਨਮਾਨ ਕੀਤਾ ਗਿਆ। ਅਤੇ ਮੈਂ ਸਮਝਦਾ ਦੇਸ਼ ਦੇ ਵਿੱਚ ਜਿਹੜਾ ਕਿ ਨਫ਼ਰਤਾਂ ਦਾ ਮਾਹੌਲ ਪਿਛਲੇ 5-10 ਸਾਲਾਂ ਤੋਂ ਸ਼ੁਰੂ ਹੋਇਆ ਉਹਨਾਂ ਦੇ ਵਿੱਚ ਐਸਾ ਕੋਈ ਕੰਮ ਹੋਣਾ ਜਿਹੜਾ ਕਿ ਆਪਸ 'ਚ ਲੋਕਾਂ ਨੂੰ ਖੂਨੀ ਰਿਸ਼ਤਿਆਂ ਤੋਂ ਵੱਧ ਕੇ ਅੱਗੇ ਲੈ ਜਾਏ, ਇਹ ਬਹੁਤ ਹੀ ਇੱਕ ਅੱਛਾ ਕਦਮ ਹੈ ਔਰ ਇਹ ਪੂਰੇ ਦੇਸ਼ ਦੇ ਲਈ ਇੱਕ ਅੱਛੀ ਖਬਰ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਧਰਮ ਤੋਂ ਵੀ ਉੱਠਦੇ ਉੱਠ ਕੇ ਇਨਸਾਨੀਅਤ ਨੂੰ ਬਚਾਉਣ ਦੇ ਲਈ ਇਕੱਠੇ ਹੋ। ਦੂਜੇ ਪਾਸੇ ਮੌਕੇ 'ਤੇ ਪਹੁੰਚੇ ਲੁਧਿਆਣਾ ਦੇ DC ਵਰਿੰਦਰ ਕੁਮਾਰ ਸ਼ਰਮਾ ਵੱਲੋਂ ਵੀ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਔਲਖ ਸਾਹਿਬ ਔਰ ਉਹਨਾਂ ਦਾ ਜਿਹੜਾ ਅਕਾਈ ਹੋਸਪਿਟਲ ਹੈਗਾ ਇਹ ਪਹਿਲਾਂ ਤੋਂ ਹੀ ਔਰਗਨ ਟਰਾਂਸਪਲਾਂਟ ਦੇ ਵਿੱਚ ਖਾਸਕਰ ਕਿਡਨੀ ਦੇ ਖੇਤਰ ਵਿੱਚ ਬਹੁਤ ਅੱਛਾ ਕੰਮ ਕਰ ਰਿਹਾ। ਅੱਜ ਇਹਨਾਂ ਨੇ ਉਸੇ ਖੇਤਰ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਪਲਾਂਗ ਹੋਰ ਪੁੱਟੀ ਹੈ। ਦੋ ਵੱਖ ਵੱਖ ਧਰਮਾਂ ਦੇ ਜਿਹੜੇ ਮਰੀਜ਼ ਨੇ ਉਹਨਾਂ ਦੀ ਜਿਹੜੀ ਔਰਗਨ ਡੋਨੇਸ਼ਨ ਦਾ ਕੰਮ ਕੀਤਾ, ਯਾਨੀ ਕਿ ਇੱਕ ਧਰਮ ਦਾ ਜਿਹੜਾ ਮਰੀਜ਼ ਹੈਗਾ ਉਹਦੀ ਜਿਹੜੀ ਕਿਡਨੀ ਹੈਗੀ ਹੈ ਦੂਜੇ ਧਰਮ ਦੇ ਮਰੀਜ਼ ਨੂੰ ਲੱਗੀ ਹੈ, ਕਿਉਂਕਿ ਬਲੱਡ ਮੈਚ ਕਰਦਾ ਸੀ ਅਤੇ ਦੂਜੇ ਧਰਮ ਦੀ ਜਿਹੜੀ ਹੈਗੀ ਹੈ ਉਹ ਦੂਜੇ ਧਰਮ ਦੇ ਨੂੰ ਲੱਗੀ ਹੈ ਔਰ ਦੋਨੇ ਓਪਰੇਸ਼ਨ ਸਕਸੈਸਫੁਲ ਹੋਏ ਨੇ। ਅੱਜ ਦੇ ਇਸ ਮੌਕੇ 'ਤੇ ਮੈਂ ਡਾਕਟਰ ਬਲਦੇਵ ਔਲਖ ਜੀ ਨੂੰ ਔਰ ਇਕਾਈ ਦੀ ਪੂਰੀ ਟੀਮ ਨੂੰ ਵਧਾਈ ਪੇਸ਼ ਕਰਦਾ। ਇਹਨਾਂ ਦੋ ਸਿੱਖ ਅਤੇ ਮੁਸਲਿਮ ਪਰਿਵਾਰਾਂ ਨੇ ਇਹ ਪਹਿਲ ਕਰਕੇ ਸਾਬਿਤ ਕਰ ਦਿੱਤਾ ਹੈ ਕਿ ਧਰਮ ਭਲੇ ਹੀ ਵੱਖ ਹੋਵੇ ਪਰ ਮਨੁੱਖਤਾ ਦਾ ਧਰਮ ਇੱਕ ਹੀ ਹੁੰਦਾ ਹੈ ਅਤੇ ਇਹ ਮਨੁੱਖਤਾ ਦਾ ਧਰਮ ਸਾਨੂੰ ਇੱਕ ਦੂਜੇ ਦੀ ਮਦਦ ਕਰਨਾ ਸਿਖਾਉਂਦਾ ਹੈ। ਲੁਧਿਆਣਾ ਤੋਂ ਚੈਨਲ Y ਦੇ ਲਈ ਰਜਿੰਦਰ ਅਰੋੜਾ ਦੀ ਰਿਪੋਰਟ। You are watching Channel Y, a South Asian Canadian channel.